लड़ना है कोर्ट के बाद हाई कोर्ट, उसके बाद सुप्रीम कोर्ट। बहुत साल चलने वाला ये केस। शोर की आदत डाल। ਸੁਰਖੀਆਂ ਵਿੱਚ ਸ਼ਾਈ ਫਿਲਮ ਛਪਾਕ ਇੱਕ ਐਸਿਡ ਪੀੜਤ ਕੁੜੀ ਦੀ ਕਹਾਣੀ ਹੈ ਜਿਸ ਦਾ ਪ੍ਰਮੁੱਖ ਰੋਲ ਦੀਪਿਕਾ ਪਾਦੂਕੋਨ ਨਿਭਾ ਰਹੀ ਹੈ। ਇਸ ਫਿਲਮ ਦਾ ਇੱਕ ਚਰਚਿਤ ਸੀਨ ਹੈ ਜਿਸ ਵਿੱਚ ਪੀੜਤਾਂ 'ਤੇ ਜਦੋਂ ਐਸਿਡ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਕੋਲ ਖੜੀ ਭੀੜ ਵਿੱਚੋਂ ਸਿਰਫ ਇੱਕ ਸਿੱਖ ਕਿਰਦਾਰ ਹੀ ਅੱਗੇ ਆਉਂਦਾ ਹੈ ਅਤੇ ਕੁੜੀ ਦੀ ਮਦਦ ਕਰਦਾ ਹੈ, ਨਾਲ ਹੀ ਉਸਨੂੰ ਹਸਪਤਾਲ ਵੀ ਪਹੁੰਚਾਉਂਦਾ ਹੈ। ਇਹ ਕੋਈ ਸੱਚੀ ਘਟਨਾ ਉੱਤੇ ਆਧਾਰਿਤ ਸੀਨ ਹੈ ਜਾਂ ਫਿਰ ਇੱਕ ਕਾਲਪਨਿਕ ਜੋੜਿਆ ਗਿਆ ਹੈ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਜਿਵੇਂ ਲੰਬੇ ਸਮੇਂ ਤੋਂ ਸਿੱਖ ਕੌਮ ਨੇ ਹਰ ਔਖੇ ਵੇਲੇ ਮਜ਼ਲੂਮਾਂ ਜ਼ਰੂਰਤਮੰਦਾਂ ਦੀ ਬਾਂਹ ਫੜੀ ਹੈ, ਇਸ ਨਾਲ ਇਹੋ ਜਿਹੇ ਸਮੇਂ ਉੱਤੇ ਸਿੱਖ ਕਿਰਦਾਰ ਦਾ ਮਦਦ ਵਾਸਤੇ ਅੱਗੇ ਆਉਣਾ ਆਪ ਮੁਹਾਰੇ ਫਿਲਮ ਵਿੱਚ ਫਿੱਟ ਬੈਠਦਾ ਹੈ। ਤੇਜ਼ਾਬੀ ਹਮਲੇ ਤੋਂ ਪੀੜਤ ਕੁੜੀਆਂ ਦੇ ਸੱਚ ਨੂੰ ਫਿਲਮਾਂਕਣਕਾਰ ਦੀਪਿਕਾ ਪਾਦੂਕੋਨ ਨੇ ਨਵੀਆਂ ਪੈੜਾਂ ਸਿਰਜੀਆਂ ਹਨ। ਇਤਿਹਾਸ ਦੇ ਉਸ ਕਾਲੇ ਅਧਿਆਏ ਨੂੰ ਉਜਾਗਰ ਕੀਤਾ ਹੈ ਜਿਸ ਨੂੰ ਸਾਡੇ ਸਮਾਜ ਵਿੱਚ ਰਹਿੰਦੇ ਕੁਝ ਗੰਦੇ ਲੋਕਾਂ ਭਾਰਤ ਦੀ ਹਿੱਕ ਉੱਤੇ ਸਿਰਜਿਆ ਹੈ। ਇਸ ਫਿਲਮ ਵਿੱਚ ਸਿੱਖ ਰੋਲ ਨੂੰ ਅਹਿਮ ਸਥਾਨ ਮਿਲਿਆ ਹੈ ਜਿਸ ਨੂੰ ਮਦਦਗਾਰ ਸਾਬਤ ਕੀਤਾ ਗਿਆ ਹੈ ਜੋ ਕਿ ਹਕੀਕਤ ਹੈ। ਇਸ ਫਿਲਮ ਵਿੱਚ ਗੰਦੇ ਸਮਾਜ ਵੱਲੋਂ ਮੌਤ ਦੇ ਮੂੰਹ ਵਿੱਚ ਪਾਈਆਂ ਉਹ ਧੀਆਂ ਧਿਆਣੀਆਂ ਜਿਹੜੀਆਂ ਆਪਣੇ ਸਵੈਮਾਣ ਉੱਤੇ ਅੜ ਗੰਦੇ ਲੋਕਾਂ ਦੇ ਹੰਕਾਰ ਵਿੱਚ ਝੁਲਸੀਆਂ ਹਨ, ਉਹਨਾਂ ਨੂੰ ਇੱਜ਼ਤ ਭਰੀ ਜ਼ਿੰਦਗੀ, ਸਵੈਮਾਣ, ਅਣਖ ਨਾਲ ਜ਼ਿੰਦਗੀ ਜਿਉਣ ਦਾ ਫਿਲਮ ਰਾਹੀਂ ਢੰਗ ਦੱਸਿਆ ਗਿਆ ਹੈ। ਇੱਕ ਐਸਿਡ ਪੀੜਤ ਤਮਾਮ ਤਰ੍ਹਾਂ ਦੇ ਬੁਰੇ ਅਨੁਭਵਾਂ, ਕੌੜੀਆਂ ਯਾਦਾਂ, ਦਰਦ ਭਰੇ ਜ਼ਖਮਾਂ, ਝੁਲਸੀ ਹੋਈ ਆਤਮਾ ਦੇ ਬਾਵਜੂਦ ਸਿਰ ਉਠਾ ਕੇ ਆਤਮ ਵਿਸ਼ਵਾਸ ਦੇ ਨਾਲ ਜ਼ਿੰਦਗੀ ਨੂੰ ਪੂਰੀ ਸ਼ਿੱਦਤ ਨਾਲ ਜਿਉਣ ਦੀ ਹੱਕਦਾਰ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੋਣ ਦੇ ਨਾਤੇ ਇਹੋ ਜਿਹੇ ਵਰਤਾਰਿਆਂ ਦਾ ਸਾਡਾ ਵਿਰੋਧ ਕਰਨਾ ਵੀ ਬਣਦਾ ਹੈ। ਪਰ ਇਸ ਦੇ ਨਾਲ ਹੀ ਹੁਣ ਇਸ ਸੀਨ ਕਰਕੇ ਸਾਨੂੰ ਆਪਣੀ ਬੱਲੇ ਬੱਲੇ ਕਰਨ ਨਾਲੋਂ ਇਸ ਗੱਲ ਉੱਤੇ ਗੌਰ ਕਰਨਾ ਚਾਹੀਦਾ ਹੈ ਕਿ ਜੇਕਰ ਫਿਲਮ ਜਗਤ ਵੀ ਇਸ ਕਿਰਦਾਰ ਲਈ ਸਾਨੂੰ ਯੋਗ ਸਮਝਦਾ ਹੈ ਤਾਂ ਸਾਡੇ ਸਿਰ ਹੋਰ ਵੀ ਜ਼ਿੰਮੇਵਾਰੀਆਂ ਵੱਧਦੀਆਂ ਹਨ ਕਿ ਅਸੀਂ ਸਿਰ ਉੱਤੇ ਸਜਾਏ ਇਸ ਤਾਜ ਦਾ ਮਾਣ ਬਹਾਲ ਰੱਖਣ ਦੇ ਲਈ ਯਤਨਸ਼ੀਲ ਰਹੀਏ। ਐਸਿਡ ਅਟੈਕ ਦੀਆਂ ਸ਼ਿਕਾਰ ਲੜਕੀਆਂ ਨੂੰ ਆਰਥਿਕ ਰੂਪ ਤੋਂ ਸੁਦ੍ਰਿੜ ਬਣਾਉਣ ਦੇ ਨਾਲ ਸਵੈਮਾਣ ਨਾਲ ਜਿਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਪਰ ਜਿਸ ਤਰ੍ਹਾਂ ਕੁਝ ਤੰਗ ਦਿਲ ਤਾਕਤਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਹ ਉਹਨਾਂ ਦੀ ਛੋਟੀ ਸੋਚ ਨੂੰ ਹੀ ਉਜਾਗਰ ਕਰਦਾ ਹੈ। ਐਸਿਡ ਅਟੈਕ ਦੀ ਸ਼ਿਕਾਰ ਲੜਕੀ ਦਾ ਰੂਪ ਰੰਗ ਤਾਂ ਉੱਜੜ ਹੀ ਜਾਂਦਾ ਹੈ, ਨਾਲ ਹੀ ਉਸਦਾ ਆਤਮ ਵਿਸ਼ਵਾਸ ਵੀ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ। ਲੋੜ ਹੈ ਇਹੋ ਜਿਹੇ ਵਰਤਾਰਿਆਂ ਨੂੰ ਠੱਲ ਪਾਉਣ ਦੀ ਅਤੇ ਪੀੜਤਾਂ ਦਾ ਸਾਥ ਦੇਣ ਦੀ, ਤਾਂ ਕਿ ਇਹ ਪਿਛਾਂ ਖਿੱਚੂ ਤਾਕਤਾਂ ਦਾ ਜਿੰਨ ਬੋਤਲ ਵਿੱਚ ਬੰਦ ਹੀ ਰੱਖਿਆ ਜਾ ਸਕੇ। ਹੋ ਸਕੇ ਤਾਂ ਇਹੋ ਜਿਹੀਆਂ ਫਿਲਮਾਂ ਜ਼ਰੂਰ ਵੇਖੀਆਂ ਜਾਣ। ਮੁਬਾਰਕ ਹੈ ਦੀਪਿਕਾ ਪਾਦੂਕੋਣ ਨੂੰ ਉਸਦੇ ਇਸ ਸ਼ਲਾਘਾਯੋਗ ਕੰਮ ਦੇ ਲਈ। ਰੋਜ਼ਾਨਾ ਤਾਜ਼ਾ ਖਬਰਾਂ ਅਤੇ ਨਵੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸੁਰਖਾਬ ਟੀਵੀ ਅਤੇ ਨਾਲ ਹੀ ਬੈਲ ਦਾ ਨਿਸ਼ਾਨ ਵੀ ਦਬਾਓ ਤਾਂ ਜੋ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਉੱਤੇ ਮਿਲ ਸਕੇ।